ਮਿੰਟੂ ਜੀ, ਮੈਂ ਗੱਲ ਕਰ ਰਿਹਾ ਸੀਗਾ ਕਿ ਸੀਐਮ ਸਾਹਿਬ ਦੀ ਕੁਰਸੀ ਦੇ ਨਾਲ ਹੁਣ ਕਿਹਦੀ ਕੁਰਸੀ ਡਹਿਣ ਲੱਗ ਗਈ ਆ। ਮੈਂ ਭੂਮਿਕਾ ਨਾ ਹੀ ਬੰਨਾ ਮੇਰੀ ਹੁਣ ਸਿੱਧੀ ਮੇਰੀ ਤੇ ਦੇਖ, ਨਹੀਂ ਹੈ, ਮੇਰੀ ਤੇ ਨਹੀਂ ਤੁਹਾਡੀ ਹੈ ਕੁਰਸੀ ਪੱਕੀ ਤੇ ਗੱਲ। ਅਸੀਂ ਇੱਥੇ ਡਾ ਕੇ ਰੱਖਣੀ ਹੈ, ਸਾਡੇ ਸਾਡੀ ਨਾਲ ਗੱਲਾਂ ਕੁਰਸੀ ਤੇ ਕੌਣ ਤੁਹਾਡੇ ਕਰੂਗਾ ਨਾਲ ਰਹਿੰਦੀ ਹੈ, ਨਾਲ ਜੀ ਰਹਿੰਦੀ ਹੈ ਸਾਹਿਬ। ਗੱਲ ਇਹ ਆ ਕਿ ਉਹ ਇੱਕ ਬੋਲੀ ਹੁੰਦੀ ਸੀ ਪੰਜਾਬੀ 'ਚ ਨਾ, ਮੇਰੇ ਵੀਰੇ ਦੀ ਠਾਣੇਦਾਰ ਦੇ ਬਰਾਬਰ ਕੁਰਸੀ ਡਹਿੰਦੀ। ਜੀ 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 ਇੱਧਰ ਤਾਂ ਸੀਐਮ ਸਾਹਿਬ ਦੇ ਬਰਾਬਰ ਡਹਿੰਦੀ। ਇਹ ਪਤਾ ਨਹੀਂ ਬਈ ਹੁਣ ਕਿਹਦਾ ਵੀਰ ਹੈ ਜੀ। ਸਭ ਸਾਨੂੰ ਜੋ ਜਾਣਕਾਰੀ ਮਿਲੀ ਆ ਤੇ ਬੜੀ ਸੋਲਿਡ ਜਾਣਕਾਰੀ ਮੈਂ ਇਸ ਨੂੰ ਕਹਿ ਸਕਦਾ। ਜੀ ਜੀ ਉਹ ਇਹ ਆ, ਉਹ ਕਹਿੰਦੇ ਕਿ ਬਈ ਤੁਸੀਂ ਕਹਿੰਦੇ ਕਿ ਕੁਰਸੀ ਡੱਠੂਗੀ ਡੱਠੂਗੀ, ਕੁਰਸੀ ਤੇ ਡਹਿ ਚੁੱਕੀ ਹੈ, ਡਹਿ ਚੁੱਕੀ ਹੈ। ਤੇ ਜਿਹਦਾ ਤੁਸੀਂ ਵਾਰ ਵਾਰ ਜ਼ਿਕਰ ਕਰਦੇ ਸੀ, ਕੁਰਸੀ ਤੇ ਬੈਠਣ ਵਾਲਾ ਸਰੀਰ ਵੀ ਉਹੀ ਹੈ ਜਿਹਦਾ ਕਹਿ ਲਓ ਕਿ ਸੀਐਮ ਓ ਜਿਹੜਾ ਜਾਂ ਸੀਐਮ ਰਹਿਸ਼ ਹੈ ਜੀ, ਦਿੱਲੀ 'ਚ ਉਹਦਾ ਦਾਖਲਾ ਪਾਬੰਦ ਕੀਤਾ ਹੋਇਆ, ਜਿਹਦੇ 'ਤੇ ਇੱਕ ਲੇਡੀ ਦੀ ਕਥਿਤ ਕੁੱਟਮਾਰ ਦਾ ਦੋਸ਼ ਹੈ। ਜੀ ਸਰ, ਕਹਿ ਲਓ ਕਿ ਔਰਤਾਂ ਦਾ ਵੀ ਅਪਮਾਨ ਹੈ। ਮੈਂ ਨਹੀਂ ਕਹਿੰਦਾ, ਬੇਸ਼ੱਕ ਮੈਂ ਨਹੀਂ ਕਹਿੰਦਾ ਕਿ ਉਹ ਕੇਸ ਜਾਇਜ਼ ਹੈ, ਨਜਾਇਜ਼ ਹੋ ਸਕਦਾ, ਝੂਠਾ ਹੋ ਸਕਦਾ, ਸੱਚਾ ਹੋ ਸਕਦਾ, ਪਰ ਹਾਲੇ ਅੰਡਰ ਟ੍ਰਾਇਲ ਹੈ। ਜਿਸ ਸ਼ਖਸ ਨੂੰ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਵੜਨ ਵਾਸਤੇ ਮਨ੍ਹਾ ਕੀਤਾ ਸਰ ਜੀ, ਉਸਦੀ ਕੁਰਸੀ ਇੱਥੇ ਡਹਿਣ ਲੱਗ ਪਈ ਆ। ਉਹ ਕਹਿੰਦੇ ਕਿ ਹਾਲੇ ਬਾਹਰ, ਜੋ ਸਾਡੇ ਸੂਤਰ ਨੇ ਉਹ ਕਹਿੰਦੇ ਹਾਲੇ ਬਾਹਰੀ ਤੌਰ 'ਤੇ ਨਹੀਂ ਵਿਚਰਨਾ ਸਟਾਰਟ ਕੀਤਾ ਜੀ, ਥੋੜ੍ਹਾ ਥੋੜ੍ਹਾ ਹੌਲਾ ਹੌਲਾ ਅੰਦਰੋਂ ਅੰਦਰੀ ਜਿਹੜੀ ਝਾੜਾ ਝੱਪੀ ਸ਼ੁਰੂ ਹੋ ਗਈ ਹੈ। ਬਿਲਕੁਲ ਸਰ, ਬਿਲਕੁਲ। ਉਹ ਕਹਿੰਦੇ ਕਿ ਯਾਰ ਤੁਸੀਂ ਤਾਂ ਹਾਲੇ ਥੋੜ੍ਹਾ ਇੱਕ ਕਦਮ ਪਿੱਛੇ ਤੁਰਦੇ ਹੋ, ਕੁਰਸੀ 'ਤੇ ਡਹਿ ਗਈ ਆ ਅਤੇ ਹੋਰ ਥੋੜ੍ਹੇ ਦਿਨ ਠਹਿਰੋ, ਰੁਕੋ ਜੀ, ਉਹ ਕੁਰਸੀ ਬਾਹਰ ਲੱਗ ਜਾਏਗੀ। ਬਿਲਕੁਲ ਲੱਗ ਜਾਣੀ, ਜੇ ਅੰਦਰ ਤੱਕ ਆ ਗਈ ਤਾਂ ਫਿਰ ਉਹ ਸ਼ਰਿਆਮ ਵੀ ਹੋ ਜਾਏਗਾ ਜੀ। ਸਭ ਇਹੋ ਜਿਹੀਆਂ ਗੱਲਾਂ ਨਿਕਲ ਕੇ ਆ ਰਹੀਆਂ ਨੇ ਜੀ, ਮੈਂ ਕਹਿੰਦਾ ਕਿ ਹੈਰਾਨ ਕਰਦੀਆਂ ਨੇ, ਦੰਗ ਕਰਦੀਆਂ ਨੇ। ਪੰਜਾਬ ਦੀ ਹਾਲਤ ਮੈਨੂੰ ਲੱਗਦਾ ਸਰ, ਮੇਰਾ ਇਹ ਕਹਿ ਲਓ ਕਿ ਨਜ਼ਰੀਆ ਕਹਿ ਲਓ ਜਾਂ ਮੇਰੀ ਜਾਣਕਾਰੀ ਕਹਿ ਲਓ ਜੀ, ਕਿ ਪੰਜਾਬ ਵਾਸਤੇ ਆਉਣ ਵਾਲਾ ਸਮਾਂ ਭਿਆਨਕ ਹੈ। ਹੁਣ ਹੁਣ ਕੁਛ ਇਹਨਾਂ ਦੇ ਜਿਹੜੇ ਜਾਗਦੀ ਜ਼ਮੀਰ ਵਾਲੇ ਬੰਦੇ ਨੇ ਜੀ ਜੀ, ਉਹ ਘੱਟੋ ਘੱਟ ਸਾਡੇ ਕੋਲ ਬੋਲਣ ਲੱਗ ਪਏ ਨੇ। ਬਿਲਕੁਲ, ਜਿਹੜੇ ਪੰਜਾਬ ਦੇ ਪੁੱਤ ਨੇ, ਬੇਸ਼ੱਕ ਉਹ ਇਸ ਪਾਰਟੀ ਨਾਲ ਜੁੜੇ ਆ ਜੀ ਜੀ ਜੀ, ਜਾਂ ਜਿਹੜੇ ਮਾਨ ਸਾਹਿਬ ਦੇ ਫਿਕਰਮੰਦ ਨੇ, ਬਿਲਕੁਲ ਉਹ ਬੰਦੇ ਹੁਣ ਬੋਲ ਰਹੇ ਆ, ਉਹ ਬੰਦੇ ਦੱਸ ਰਹੇ ਆ ਜਿਵੇਂ ਕਹਾਣੀ ਖਰਾਬ ਹੋ ਰਹੀ ਆ, ਪਰ ਅਫਸੋਸ ਦੀ ਗੱਲ ਕਿ ਹੁਣ ਕੀਤਾ ਕੁਛ ਨਹੀਂ ਜਾ ਸਕਦਾ, ਕੀਤਾ ਕੁਛ ਨਹੀਂ ਜਾ ਸਕਦਾ। ਬਿਲਕੁਲ, ਕਿਉਂ? ਕਿਉਂਕਿ ਸਾਡੇ ਲੋਕਾਂ ਨੇ ਮੈਂਡੇਟ ਏਡਾ ਤਕੜਾ ਦੇ ਦਿੱਤਾ ਸਾਹਿਬ, ਹੁਣ ਕਰੋਗੇ ਕੀ? ਕਰੋਗੇ ਕੀ ਜਦ ਤੱਕ ਉਹ ਮੈਂਡੇਟ ਨਹੀਂ ਟੁੱਟੇਗਾ ਜੀ? MLA ਜਿਹੜੇ ਸਾਡੇ ਆ ਤੇ ਬੋਲਦੇ ਨਹੀਂ, ਤੇ ਮੁੱਖ ਮੰਤਰੀ ਤੇ ਮਤਲਬ ਕਿ ਕਹਿ ਲਓ ਕਿ ਇੰਨੇ ਜ਼ਿਆਦਾ ਬੋਝਲ ਹੋ ਗਏ ਨੇ ਕਿ ਗੱਲਾਂ ਹੀ ਛੱਡ ਦਿਓ। ਮੈਨੂੰ ਕੋਈ ਟੋਟਲ ਸਾਇਲੈਂਟ, ਟੋਟਲ ਸਾਇਲੈਂਟ ਜਿਹਨੂੰ ਕਹਿ ਸਕਦੇ, ਉਹ ਪਤਾ ਲੈਣ ਗਿਆ ਕੋਈ ਮੰਤਰੀ ਤੇ, ਉਹਨਾਂ ਨੂੰ ਕਹਿੰਦੇ ਕਹਿੰਦੇ ਵੇਖਿਓ ਕਿਤੇ ਮੇਰੇ ਤੇ ਚੜੇ ਚੜੋ ਖਤੀ ਨਾ ਕਰ ਦਿਓ। ਇੰਨਾ ਇੰਨਾ ਮਤਲਬ ਕਿ ਕਹਿ ਲਓ ਮੈਂਟਲੀ ਮਾਨਸਿਕ ਤੌਰ ਤੇ ਜਿਹਨੂੰ ਆਪਾਂ ਕਹਿ ਸਕਦੇ ਨਾ, ਉਹੀ ਮੈਂ ਤੁਹਾਨੂੰ ਕਿਹਾ ਸੀਗਾ ਜੀ ਕਿ ਮੈਨੂੰ ਲੱਗਦਾ ਮਾਨ ਸਾਹਿਬ ਨੂੰ ਮੈਂ ਲੰਮੇ ਸਮੇਂ ਤੋਂ ਜਾਣਦਾ। ਇਹ ਨਹੀਂ ਹੈ ਕਿ ਮੈਂ ਕਿਤੇ ਇੱਕ ਮੇਜ਼ 'ਤੇ ਬੈਠਾ ਰਹਿੰਦਾ ਜੀ, ਮਤਲਬ ਕਿ ਉਹਨਾਂ ਨੂੰ ਦੇਖਿਆ। ਇਹ ਜਿਹੜਾ ਉਹਨਾਂ ਦਾ 11-12 ਸਾਲ ਦਾ ਪੂਰਾ ਐਕਟਿਵਿਜ਼ਮ ਆ, ਬਿਲਕੁਲ ਨੇੜੇ ਦੇਖਿਆ ਨੇੜਿਓ ਜੀ, ਤਾਂ ਮੈਨੂੰ ਭਗਵੰਤ ਮਾਨ ਜੀ ਦੇ ਵਿੱਚ ਉਹ ਊਰਜਾ ਨਜ਼ਰ ਨਹੀਂ ਆ ਰਹੀ ਸੀਗੀ। ਬਿਲਕੁਲ ਬਿਲਕੁਲ ਬਿਲਕੁਲ, ਜਿਹੜੀ ਊਰਜਾ ਉਹਨਾਂ ਦੇ ਚਿਹਰੇ ਤੋਂ ਜੀ, ਉਹਨਾਂ ਦੀਆਂ ਗੱਲਾਂ ਬਾਤਾਂ ਦੇ ਵਿੱਚ, ਉਹਨਾਂ ਦੇ ਭਾਸ਼ਣਾਂ ਦੇ ਵਿੱਚ, ਹਰ ਜਗ੍ਹਾ 'ਤੇ ਦਿਸਦੀ ਸੀ ਜਿਹੜੀ। ਤਾਂ ਇਹਦਾ ਮਤਲਬ ਸਾਹਿਬ ਕੀ ਆ? ਇਹਦਾ ਇਹ ਆਪਾਂ ਪਤਾ ਕਿਹੜੇ ਪਾਸੇ ਜਾਂਦੇ ਹਾਂ ਸਾਹਿਬ, ਕਿ ਦੇਖੋ ਜੀ ਮਤਲਬ ਦਿੱਲੀ ਇੱਦਾਂ ਉੱਦਾਂ ਉੱਦਾਂ, ਹਿਸਾਬ ਕਿਤਾਬ ਕੀ ਹੈ ਸਾਹਿਬ, ਕਿ ਅਗਲੇ 2 ਸਾਲਾਂ 'ਚ ਹੋਏਗਾ ਕੀ ਜੀ? ਜਿਸ ਬੰਦੇ ਨੂੰ ਮੰਨ ਲਓ ਪਤਾ ਲੱਗ ਜੇ ਕਿ ਮੈਂ ਤਾਂ ਹੁਣ ਦੁਬਾਰਾ ਬੰਨਾ ਨਹੀਂ, ਚਾਹੇ ਮੈਂ ਮੰਨ ਲਓ, ਹੁਣ ਮੈਂ ਤੁਹਾਨੂੰ ਇੱਕ ਥੋੜ੍ਹੀ ਜਿਹੀ ਟੇਢੇ ਢੰਗ ਨਾਲ ਮਿਸਾਲ ਦਿੰਦਾ ਜੀ, ਮੇਰੇ ਹੱਥ ਆ ਗਈ ਕਹਿ ਲਓ ਕਿ ਨੰਬਰਦਾਰੀ ਪਿੰਡ ਦੀ ਜੀ, ਸਰਪੰਚ ਬਣ ਗਿਆ, ਬੰਦਾ ਟੁੱਟਾ ਭੱਜਾ ਸਾਂ, ਲੋਕਾਂ ਆਖਿਆ ਕਿ ਇਹਨੂੰ ਬਣਾ ਦਿਓ ਜੀ, ਆਹ ਦੂਜੇ 2-3 ਇਹਨਾਂ ਨੂੰ ਵਾਰ ਵਾਰ ਬਣਾ ਕੇ ਵੇਖਿਆ, ਇਹ ਤਾਂ ਮੋਹਰੇ ਕੁਛ ਕਰਦੇ ਹੀ ਨਹੀਂ ਜੀ, ਆਹ ਤੁਰਿਆ ਫਿਰਦਾ ਵਿਹਲਾ ਹੈਗਾ, ਨਾਲੇ ਕਿਸੇ ਕੰਮੇ ਲੱਗੇਗਾ। ਬਿਲਕੁਲ, ਤੇ ਗੱਲਾਂ ਇਹ ਬੜੀਆਂ ਸਿਆਣੀਆਂ ਕਰਦਾ। ਮੇਰੇ ਹੱਥ ਕਹਿ ਲਓ ਕਿ ਕੋਈ ਤਜਰਬਾ ਨਹੀਂ, ਕੋਈ ਲੈਣਾ ਨਹੀਂ, ਕੋਈ ਪਰਖ ਨਹੀਂ ਕੀਤੀ, ਪਿੰਡ ਵਾਲਿਆਂ ਨੇ ਕਿਹਾ ਕਿ ਲੈ ਸਾਂਭ ਗੁੰਜੀਆਂ ਜੀ, ਤੇ ਮੈਂ ਹੋ ਗਿਆ ਫੁੱਸ ਪਟਾਕਾ। ਕਿਉਂ? ਨਾ ਤਜਰਬਾ ਸੀ,
ना कह लो कि दृढ़ता, कोई एजेंडा नहीं, कोई दृढ़ता ना कोई विजडम, सब कुछ नहीं। असी जो देखिया कि महाराज साल रह गए ने हुण 2-2.5, मैनू सरपंच छड्डो हुण मुड़ के किसी ने चौकीदार नहीं बनाउणा, ते जो सिमटदा उसनू समेटो ते बलेटो, चुप चपीते ते निकल दे बन जो जी। ते एक तरह नाल फिर वह पिंड की बन गया, एक बस्ती, जिवें गोरिया ने इस मुल्क नू आपदा मुल्क थोड़ी समझना जी, जी, बिल्कुल उन्होंने ते एक बस्ती समझिया ना, बस्तीवाद आपां पढ़दे रहे, बिल्कुल बिल्कुल हिस्टरी पढ़दे, बस्तीवाद तां बस्तीवाद दे विचों की हुंदा कि उस बस्ती नू निचोड़ लाओ जिन्ना भी। मैं की कह रहा दोस्त समझ गए उन्हें, तुसीं समझ गए होंगे, समझ गए कि आ जिहड़े 2 साल आ वो लगभग इहो जिही नज़र आ रहे कि उन्होंने हुण मैनू ये लगता है मान साहब बोल नहीं रहे जी, बोल पा नहीं रहे, उन्हां दीआं मजबूरियां भी सानू पता है, आपां नूं पता कितें वक्त आएगा तो मजबूरियां भी खुल जाणगीआं, उन्हां दीआं गंढां जिहड़ियां उह सदा बजियां नहीं रहणगीआं, बिल्कुल जी। तां गल इह आ कि उह सब कुछ जिहड़ा उह अपनी जगह, मुख्यमंत्री साहब कह लो कि अपनी जगह चली जाणगे, पता नहीं हो सकदा कि महीना 6 महीने साल 2 साल भी कट जाए जी, पर जो मैं कह रहा जो मैं कहना चाह रहा ये बहुत बदकिस्मत है। कुछ कु बंदे इन्हां दे मैं वार वार कहूँगा बेशक वो सड़क ते नहीं आ सकते जी, बेशक वो खुल के कह लो कि कॉन्फ्रेंस नहीं कर सकते, उन्होंने साढ़े वर्गे को रोना स्टार्ट किया कि यार हुण कीता कुछ नहीं जा सकता जी, बहुत खतरनाक दिशा वाल गड्डी रुड़ गई है, रुड़ गई है, पानी सिरों लंघ गया जिवें कहने हुंदे ना, हां जिद्दां कई बार ढाल ते खलारीए ना ट्रैक्टर तो रिड़ पैंदा, रिड़ पैंदा जी जी, ते फिर पता नहीं कदर नूं रिड़ गया, बिल्कुल जी बिल्कुल साहब, इहो जिहियां गल्लां अंदरों सुन नूं मिलदियां कि कालजा फटदा है साहब जी जी जी, कि साडे पल्ले ते पहलां ही कख नहीं सी, कख नहीं सी, असीं हुण इस मार दे मारे पता नहीं होर किन्ना पिछे पै जांगे। अज भी मैं अपील करदा मान साहब उन्हां दे जिहड़े साथी ने कि यार जे ऐसा हो रहा है जी, असीं ते गल्लां ही सुन रहे हां जी जी जी, जो सानू साडे सोर्सस दसदे आ, जे ऐसा हो रहा ते रब दा वास्ता चुप ना रहो, बोलो नहीं तां इतिहास कदे माफ नहीं करेगा, बिल्कुल आपां पहलां ही लुटे पुटे गए हां, बहुत ज्यादा उम्मीदां लाईआं सी लोकां ने मिंटू जी, बहुत ज्यादा, एक मैनूं लगदा कि एक आम सीएम तो जिन्नीआं लाउंदे ना उस तों भी ज्यादा कुर्सी दे नाल लगी है कि कुर्सी ते ही बैठे ने, नहीं नाल ही लग गई, बरोबर डह गई जी जी जी, बंदा तुहानू दस दिता तकरीबन तकरीबन साफ हो जाना, तुसी समझ ही जाना, समझ ही जाना बिलकुल सब कुछ, ते तुहानू मैं दस दिता रह की गया कि वो ट्रिब्यून वाले ने परसों पिछे डंडी जी ला के सवालिया निशान दसता सीगा, ठीक है जी, सानू 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 साडे मतलब के कह लो कि अपने पद्धर ते पुष्टि कर दित्ती अपने बंदे जी जी जी, बिल्कुल कि भाई तुसीं थोड़ा जिहा पिछे तुरे फिरदे हो, असीं तुहानूं अप टू डेट कर दिंदे जी जी मिंटू जी, बिल्कुल असीं तुहानूं अप टू डेट कर दित्ता भाई, हुण अगे उहने कहा भाई अगे तेरे भाग लच्छी है, असीं ते वेले सिर अपने दोस्तां नूं अपने पंजाबियां नूं जी इह चीज़ां दसदे रहिंदे आ, मान साहब तक वी गुजारिश, इस गल दी वी कह लो कि चलो तुहानूं सारिआं नूं शाबाशी आ कि आपां इस मंच ते बहुत समां पहलां ही कह दित्ता सीगा कि अजिहा होएगा जी, बदलियां होणगीआं, अजिहा होएगा, मैं वार वार कह रहा हाले भी 1-2 वड्डे झटके होर लगणगे ते उस तों बाद जिहड़ी कह लो कि दरबार दे विच हाज़री होएगी प्यादियां दी वज़ीरां दी उह बिल्कुल शिकायत बाहर आके की पोलिंग एजेंट ने 99% क्यों ए चलो जांच पड़ताल का विषय जी, ईवीएम के मामले च मैं बिल्कुल स्पष्ट हाँ भी हो भी सकता नहीं भी हो सकता क्योंकि मेरी एक्सपर्ट ही नहीं है जी जी, बाकी 16 साल कितों लई फिरदे मैनू नहीं पता, तुहाडे कोल 17C फार्म है उहदे नाल मैच कर लो कि ईवीएम उही है कि बदली गई है, बदली गई है जी, तुसीं पहलां ही कहा सी अपने जिन्ने भी तुहाडे पोलिंग एजेंट तो सुते रहे, ये एक हुण फालतू का रुदन है जी,
ਇਹ ਕਾਂਗਰਸ ਦੀ ਆਦਤ ਬਣ ਗਈ ਉਲਟਾ ਤਿਰ ਕਰ ਰਹੀ ਹੈ। ਇੱਕ ਮਿੰਟ ਮੈਨੂੰ ਦੱਸਿਓ, ਦਿਗਵਿਜ ਸਿੰਘ ਨੇ ਡੈਮੋ ਕੀਤਾ ਤੇ ਕਾਂਗਰਸ ਨੇ ਕੀ ਕੀਤਾ? ਆ ਜਿਹੜੇ ਵਕੀਲ ਪ੍ਰਾਚਾ ਹੋ ਰਹੀ ਹੈ ਲੜਾਈ ਲੜ ਰਹੇ ਆ, ਇੱਕ ਸੱਜਣ ਗੁਜਰਾਤ ਤੋਂ ਆ ਕੇ ਡੈਮੋ ਕਰਦੇ ਆ ਕਿ ਵੋਟ ਅੰਬ ਨੂੰ ਪਾਈ ਜਾਂਦੀ ਆ, ਨਿਕਲਦੀ ਪਪੀਤੇ 'ਚ ਆ, ਤੇ ਕਾਂਗਰਸ ਨੇ ਕੀ ਕੀਤਾ? ਕਾਂਗਰਸ ਦੀ ਹਰ ਵਾਰੇ ਆਦਤ ਬਣ ਗਈ ਆ ਜੀ ਕਿ ਚੋਣ ਕਮਿਸ਼ਨ ਕੋਲ ਜਾਂਦੇ ਆ ਤੇ ਲੋਕਾਂ ਨੂੰ ਦੱਸ ਕੇ ਜਾਂਦੇ ਆ ਅਸੀਂ ਆ ਸ਼ਿਕਾਇਤ ਦੇਣੀ ਆ ਤੇ ਦੇ ਕੇ ਆਏ, ਤੇ ਜਦੋਂ ਚੋਣ ਕਮਿਸ਼ਨ ਇਹਨਾਂ ਨੂੰ ਜਵਾਬ ਦਿੰਦਾ ਉਦੋਂ ਇਹ ਕਿੱਥੇ ਜਾਂਦੇ ਆ? ਪਬਲਿਕ ਡੋਮੇਨ 'ਚ ਕਦੇ ਭੇਜਦੇ ਆ? ਉਦੋਂ ਲੁਕੋ ਲੈਂਦੇ ਆ। ਹੁਣ ਦੇਖੋ ਸਾਨੂੰ ਕੋਈ ਕਾਂਗਰਸ ਤੋਂ ਫੰਡਿੰਗ ਨਹੀਂ ਆਉਂਦੀ, ਅਸੀਂ ਰਾਹੁਲ ਗਾਂਧੀ ਨੂੰ ਚੰਗਾ ਨੇਤਾ ਮੰਨਿਆ ਅਬੀਤੇ 'ਚ ਕੁਛ ਮਾਮਲਿਆਂ 'ਚ ਬਿਲਕੁਲ, ਪਰ ਅਸੀਂ ਰਾਹੁਲ ਗਾਂਧੀ ਦੇ ਕੋਈ ਖਰੀਦੇ ਹੋਏ ਨਹੀਂ। ਜੀ ਜੀ ਬਿਲਕੁਲ। ਅੱਜ ਰਾਹੁਲ ਗਾਂਧੀ ਇਹ ਕਹਿੰਦਾ ਹੈ ਕਿ ਸਰ ਬਾਈ ਜੀ ਇਹ ਹੋਇਆ ਕਿ ਕੁਛ ਹਰਿਆਣੇ ਦੇ ਨੇਤਾਵਾਂ ਦੇ ਹਿੱਤ ਜਿਹੜੇ ਸੀਗੇ ਨਾ ਉਹ ਹਿੱਤ ਪਾਰਟੀ ਹਿੱਤ ਤੋਂ ਉੱਤੇ ਚਲੇ ਗਏ, ਤੇ ਬਾਬਾ ਤੂੰ ਤੂੰ ਤੇ ਉੱਥੇ ਸਾਰੀ ਕਮਾਂਡ ਸੰਭਾਲ ਰਿਹਾ ਸੀ, ਤੁਸੀਂ ਤੇ ਕਮਾਂਡਰ ਸੀ, ਤੁਹਾਨੂੰ ਇਹ ਨਹੀਂ ਪਤਾ ਲੱਗਿਆ? 72 ਟਿਕਟਾਂ ਤੁਸੀਂ ਦੇ ਦਿੱਤੀਆਂ ਹੁੱਡੇ ਨੂੰ, ਤੁਹਾਡੇ ਬਾਗੀਆਂ ਨੇ 14 ਥਾਂ ਤੇ ਤੁਹਾਡੀ ਫੱਟੀ ਮੇਸ ਕੀਤੀ, 5 ਥਾਂ ਤੇ ਤੁਹਾਨੂੰ ਆਮ ਆਦਮੀ ਪਾਰਟੀ ਰਾ ਗਈ। ਸਾਡੇ ਪੰਜਾਬੀ ਕੀ ਆ ਅੱਜ ਕੱਲ੍ਹ ਤੇਜ਼ੀ ਨਾਲ ਨਾ ਟ੍ਰੋਲ ਆਰਮੀ 'ਚ ਤਬਦੀਲ ਹੋ ਰਿਹਾ, ਬਿਲਕੁਲ ਆਮ ਆਦਮੀ ਪਾਰਟੀ ਦੀ ਖਿੱਲੀ ਉਡਾ ਰਹੇ ਸੀਗੇ ਕਿ ਇਹਨਾਂ ਨੂੰ ਨੋਟਾਂ ਤੋਂ ਘੱਟ ਵੋਟਾਂ ਮਿਲੀਆਂ। ਮੈਂ ਕਿਹਾ ਜੀ ਗੌਰ ਨਾਲ ਦੇਖੋ, ਉਹਨਾਂ ਨੇ 5 ਸੀਟਾਂ ਤੇ ਫੱਟੀ ਪੋਚੀ ਆ ਕਾਂਗਰਸ ਦੀ, ਬਿਲਕੁਲ ਉਹ ਜਿੱਤੇ ਨਹੀਂ ਪਰ ਉਹਨਾਂ ਨੇ ਕਾਂਗਰਸ ਰਾਤੀ ਹੈ। ਜੀ ਜੀ ਬਿਲਕੁਲ, ਇਹਦੇ ਕਾਰਨ ਇਹਦੇ ਮੈਂ ਉਹਨਾਂ 'ਚ ਨਹੀਂ ਜਾਂਦਾ ਪਰ ਇਹ ਫੈਕਟ ਨੇ ਸਰ। ਡੱਬ ਵਾਲੀ ਸੀਟ ਕੌਣ ਰਾ ਗਿਆ? ਬਿਲਕੁਲ ਫੈਕਟ ਚੈੱਕ ਕਰੂੰਗਾ, ਤੁਹਾਡੇ ਤੇ ਗੁਆਂਢ ਦੀ ਸੀਟ ਹੈ। ਬਿਲਕੁਲ, ਸੋ ਗੱਲ ਇਹ ਆ ਕਿ ਬਈ ਕਾਂਗਰਸ ਜਾਂ ਤਾਂ ਇਹਦੀ ਲੜਾਈ ਲੜ ਲੈ ਜੀ ਈਵੀਐਮ ਦੀ, ਦੇਸ਼ ਵਿਆਪੀ ਲੜਾਈ ਲੜੇ, ਬਹੁਤ ਸਾਰੇ ਸੰਗਠਨ ਬਹੁਤ ਸਾਰੇ ਲੋਕ ਲੜਾਈ 'ਚ ਕੁੱਤੇ ਹੋਏ ਨੇ ਜੀ, ਤਾਂ ਤੁਸੀਂ ਉਹਨਾਂ ਦਾ ਸਾਥ ਦਿੱਤਾ ਕਦੇ? ਆ 4 ਦਿਨ ਤੁਸੀਂ ਇੱਕ ਉਰਲਾਪ ਕਰਨਾ, ਉਸ ਤੋਂ ਬਾਅਦ ਫਿਰ ਚੁੱਪ ਕਰ ਜਾਓਗੇ?